ਤਿੰਨ ਖਾ ਲੋਗੇ ਤੇ ਮਿਟ ਜਾਏਗੀ ਪਰ ਜਿਹੜੀ ਭੁੱਖਿਆ ਭੁੱਖਿਆ ਸ਼ਬਦ ਹੈ ਕਿ ਜਿਹਦਾ ਅੰਦਰੋਂ ਮਨ ਹੀ ਭੁੱਖ ਜਾਵੇ ਬੇਈਮਾਨ ਹੋ ਜਾਵੇ ਬੋਲੋ ਜੋ ਪਰਮਾਤਮਾ ਨੇ ਦਿੱਤਾ ਉਹਦੇ ਤੇ ਸਬਰ ਨਾ ਕਰੇ ਤੇ ਆਖੇ ਮੈਨੂੰ ਉਹ ਵੀ ਮਿਲ ਜੇ ਉਹ ਵੀ ਮਿਲ ਜੇ ਉਹ ਵੀ ਮਿਲ ਜੇ ਤੇ ਮੇਰਾ ਸਤਿਗੁਰੂ ਕਹਿੰਦਾ ਮੈਂ ਤੇ ਤੈਨੂੰ ਦੁਨੀਆਂ ਦਾ ਰਾਜ ਵੀ ਦੇ ਕੇ ਦੇਖ ਲਿਆ ਤੂੰ ਫਿਰ ਭੁੱਖੇ ਦਾ ਭੁੱਖਾ ਬੋਲੋ ਵਾਹਿਗੁਰੂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਮੈਂ ਤੇ ਉਹਨਾਂ ਨੂੰ ਵੀ ਦੁੱਖ ਤਾਂ ਹੀ ਕਹਿੰਦੇ ਮਾਫ ਕਰਨਾ ਤਾਂ ਹੀ ਗੁਰਮੁਖ ਪਿਆਰੇ ਕਹਿੰਦੇ ਕਹਿੰਦੇ ਗੁਰਦੁਆਰੇ ਆਓ ਤੇ ਜੇ ਗੁਰਦੁਆਰੇ 'ਚ 1000 ਬੰਦਾ ਮੱਥਾ ਟੇਕਣ ਆਇਆ ਹੈ 1000 ਤੇ ਇਹਦਾ ਮਤਲਬ ਉਹ ਸੰਗਤ ਨਹੀਂ ਆਈ 999 ਬੰਦੇ ਜਿਹੜੇ ਆਏ ਨਾ ਸੰਗਤ ਦੇ ਉਹ ਮੰਗਤੇ ਹੀ ਆਏ ਬੋਲੋ ਮੰਗਣ ਆਏ ਭਾਈ ਸਾਹਿਬ ਅਰਦਾਸ ਕਰ ਦਿਓ ਆਹ ਹੋ ਜੇ ਆਹ ਹੋ ਜੇ ਆਹ ਮੰਗਤੇ ਦੀ ਲੈਣ ਹੋ ਸਕਦਾ ਕਿਤੇ ਹਜ਼ਾਰਾਂ 'ਚੋਂ ਇੱਕ ਹੋਵੇ ਉਹ ਆਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮੈਂ ਮੰਗਣ ਨਹੀਂ ਆਇਆ ਮੈਂ ਤੇ ਤੈਨੂੰ ਮਿਲਣ ਆਇਆ ਬੋਲੋ ਤੈਨੂੰ ਮਿਲਣ ਆਇਆ ਤੇ ਬਾਂਹ ਪਕੜ ਗੁਰ ਕਾਢਿਆ ਤੇ ਮੰਗਤਿਆਂ ਨੂੰ ਕਹਿ ਦਿੰਦਾ ਇੱਧਰ ਹੋ ਜਾਓ ਜਿਹੜਾ ਮਿਲਣ ਆਇਆ ਜੀ ਬਾਂਹ ਫੜ ਕੇ ਕਹਿੰਦੇ ਤੂੰ ਮੇਰੇ ਦਫ਼ਤਰ 'ਚ ਆ ਜਾ ਬੋਲੋ ਆ ਰਹੇ ਉੱਥੇ ਗੱਲ ਕਰ ਇੰਨਾ ਕੁ ਫਰਕ ਮੰਗਣ ਗਿਆ ਸੋ ਮਰ ਗਿਆ ਮੰਗਣ ਉਹ ਜਾਣਦਾ ਨਹੀਂ ਜਿਹਨੂੰ ਕਹਿੰਦੇ ਬਿਨ ਬੋਲਿਆ ਸਭ ਕੁਝ ਜਾਣਦਾ ਰਾਜੇ ਨੇ ਆਖਿਆ ਵੀ ਮੈਂ ਭੰਡਾਰਾ ਵੰਡਣਾ ਮੋਹਰਾਂ ਵੰਡਣੀਆਂ ਪੈਸੇ ਵੰਡਣੇ ਆ ਜਾਓ ਵੱਡੀਆਂ ਵੱਡੀਆਂ ਡਾਂਗਾਂ ਨੂੰ ਕੱਪੜੇ ਲਾ ਕੇ ਮੰਗਤੇ ਆ ਗਏ ਮੇਰੇ ਵਰਗੇ ਵੱਡੀਆਂ ਵੱਡੀਆਂ ਡਾਂਗਾਂ ਨੂੰ ਵੇਖਿਆ ਨਾ ਲਾਇਆ ਹੋਣਾ ਤਾਂ ਕਿ ਪੈਸੇ ਵੱਧ ਤੋਂ ਵੱਧ ਆ ਜਾਣ ਇੱਕ ਚੁੱਪ ਕਰਕੇ ਬੈਠਾ ਨੇਤਰਾਂ 'ਚ ਪਾਣੀ ਵਗ ਰਿਹਾ ਮਾੜਾ ਮਾੜਾ ਵਗਿਆ ਸਵੇਰ ਤੋਂ ਤਾਂ ਸ਼ਾਮ ਤੱਕ ਖੜ੍ਹੇ ਨੇ ਰਾਜੇ ਨੇ ਕਿਸੇ ਨੂੰ ਕੁਛ ਨਹੀਂ ਦਿੱਤਾ ਅਤੇ ਸ਼ਾਮ ਨੂੰ ਘੋੜੇ 'ਤੇ ਨਿਕਲ ਲੱਗਿਆ ਅਤੇ ਉਹ ਜਿਹੜਾ ਦਰਵਾਜ਼ੇ 'ਚ ਖਲੋਤਾ ਸੀ ਮੰਗਤਾ ਰਾਜੇ ਨੇ ਮੋਤੀਆਂ ਦੀ ਮਾਲਾ ਲਾਈ ਅਤੇ ਉਹਦੀ ਝੋਲੀ 'ਚ ਪਾ ਦਿੱਤੀ ਅਤੇ ਉਹ ਜਿਹੜੇ ਹਜ਼ਾਰਾਂ ਬੈਠੇ ਸੀ ਉਹ ਕਹਿੰਦੇ ਉਹ ਕੀ ਅਸੀਂ ਸਵੇਰ ਦੇ ਮੰਗੀ ਜਾਂਦੇ ਦੁਆਵਾਂ ਦੇਈ ਜਾਂਦੇ ਤੇਰਾ ਰਾਜ ਵਜਦੇ ਤੇਰਾ ਫਲਾਣਾ ਵਜਦੇ ਤੇਰੇ ਪੁੱਤ ਜੀਂਦੇ ਰਹਿਣ ਸਾਨੂੰ ਕੱਖ ਨਹੀਂ ਦਿੱਤਾ ਤੂੰ ਸਵੇਰ ਦਾ ਬੋਲਿਆ ਵੀ ਨਹੀਂ ਉਹ ਕਹਿੰਦਾ ਮੈਨੂੰ ਬੋਲਣ ਦੀ ਲੋੜ ਨਹੀਂ ਆਹ ਮੇਰੇ ਪਾਟੇ ਕੱਪੜੇ ਮੇਰੇ ਅੱਖਾਂ ਦੇ ਅਥਰੂ ਮੇਰੇ ਮਨ ਦਾ ਪਸ਼ਚਾਤਾਪ ਹੀ ਮੇਰੀ ਅਰਦਾਸ ਹੈ ਬੋਲੋ ਵਾਹਿਗੁਰੂ ਬਿਨ ਬੋਲਿਆ ਸਭ ਕੁਛ ਜਾਣਦਾ ਕਿਹਦੇ ਅੱਗੇ ਅਰਦਾਸ ਕਰਾਂਗੇ ਉਹ ਜਾਣਦਾ ਜੇ ਹੋ ਸਕੇ ਤੇ ਆਪਣੇ ਔਗਣ ਰੱਖਿਆ ਕਰੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਹ ਔਗਣ ਲੈ ਕੇ ਗੁਣ ਦੇ ਦਿੰਦਾ ਜੇ ਬੋਲੋ ਆਪਣੀਆਂ ਸਿਆਣਪਾਂ ਛੱਡ ਦਿਓ ਗੁਰੂ ਨਾਨਕ ਸਾਹਿਬ ਕਹਿੰਦੇ ਸੈਸ ਸਿਆਣਪਾਂ ਲੱਗ ਹੋਏ ਬੋਲੋ ਨਾ ਸਾਰੇ ਆਵਾਜ਼ ਨਹੀਂ ਆਉਂਦੀ ਸੈਸ ਸਿਆਣਪਾਂ ਲੱਗ ਹੋਏ ਮੇਰਾ ਦਿਲ ਕਰਦਾ ਝੋਲੀ ਤੇ ਸਾਰਿਆਂ ਨੇ ਭਰਨੀ ਆ ਬਾਬੇ ਕੋ ਬਖਸ਼ਿਸ਼ ਲੈ ਕੇ ਜਾਣੀ ਪਹਿਲਾਂ ਮੈਂ ਬੋਲਾਂ ਫਿਰ ਮੇਰੇ ਵੀਰ ਬੋਲੋ ਮੇਰੀਆਂ ਭੈਣਾਂ ਮੇਰੀਆਂ ਬੱਚੀਆਂ ਵਾਰੀ ਦਾ ਖਿਆਲ ਰੱਖਿਓ ਸਹਿਸ ਸਿਆਣਪਾਂ ਲੱਗ ਹੋਏ ਸਹਿਸ ਸਿਆਣਪਾਂ ਲੱਗ ਹੋਏ ਬੋਲੋ ਬੇਟਾ ਵਾਹ ਵਾਹ ਬੜੀ ਬਖਸ਼ਿਸ਼ ਤਾਂ ਇੱਕ ਤਾਂ
ਅੱਜ ਮੈਂ ਫੈਕਟਰੀ ਨਾ ਨਾ ਲਾਉਂਦਾ ਅੱਜ ਤੁਸੀਂ ਭੁੱਖੇ ਮਰ ਜਾਂਦੇ ਬੋਲੋ ਵਾਹਿਗੁਰੂ ਜੇ ਮੈਂ ਕੋਠੀ ਬਣਾ ਕੇ ਨਾ ਜਾਂਦਾ ਐਫਡੀਆਂ ਨਾ ਕਰਦਾ ਤੁਸੀਂ ਭੁੱਖੇ ਮਰ ਜਾਂਦੇ ਹੱਥ 'ਚ ਠੂਠਾ ਹੁੰਦਾ ਸਤਿਗੁਰੂ ਕਹਿੰਦੇ ਹੋ ਸਕਦਾ ਤੂੰ ਇਹਨਾਂ ਬੱਚਿਆਂ ਦੇ ਕਰਮਾਂ ਦਾ ਖਾਂਦਾ ਹੋਵੇ ਬੋਲੋ ਵਾਹਿਗੁਰੂ ਇਹ ਜ਼ਰੂਰੀ ਥੋੜ੍ਹੀ ਤੇਰੀ ਮਿਹਨਤ ਹੈ ਇਹਦਾ ਮਤਲਬ ਤੇਰੀ ਮਿਹਨਤ ਵੱਡੀ ਹੋ ਗਈ ਅਤੇ ਮੇਰੇ ਗੁਰੂ ਨਾਨਕ ਦੀ ਬਖਸ਼ ਛੋਟੀ ਹੋ ਗਈ ਜਿਹਨੇ ਤੇਰੀਆਂ ਝੋਲੀਆਂ ਭਰੀਆਂ ਕੋਠੀਆਂ ਬਗਲੇ ਦਿੱਤੇ ਬੋਲੋ ਵਾਹਿਗੁਰੂ ਦਾਤਾ ਛੋਟਾ ਹੋ ਗਿਆ ਤੇ ਮੰਗਤਾ ਵੱਡਾ ਹੋ ਗਿਆ ਨਹੀਂ ਉਹ ਕਹਿੰਦੇ ਛੱਡਦੇ ਸਿਆਣਪਾਂ ਕੁਛ ਨਹੀਂ ਪਿਆ ਕਹਿੰਦੇ ਸਤਿਗੁਰੂ ਜੀ ਅੱਜ ਤੋਂ ਬਾਅਦ ਸਾਰੀਆਂ ਸਿਆਣਪਾਂ ਛੱਡੀਆਂ ਪਰ ਕਿਰਪਾ ਤੇ ਕਰੋ ਕੇਵ ਸਚਿਆਰਾ ਹੋਈ ਹੈ ਜਿਹਨਾਂ ਨੂੰ ਮੰਗਣਾ ਆਇਆ ਮੰਗਣਾ ਜਿਹਨਾਂ ਨੂੰ ਅਹਿਮ ਨਾ ਬਾਅਦ ਚਲੇ ਗਏ ਇੱਕ ਟੁੱਟਾ ਜਿਹਾ ਦਰਵਾਜ਼ਾ ਟੁੱਟੀ ਜਿਹੀ ਝੌਂਪੜੀ ਦਰਵਾਜ਼ਾ ਖੜਕਾ ਦਿੱਤਾ ਬੋਲੋ ਆਏ ਅੰਦਰੋਂ ਆਵਾਜ਼ ਆਈ ਹੇ ਦਰਵਾਜ਼ਾ ਵਜਾਉਣ ਵਾਲੇ ਖੜਕਾਉਣ ਵਾਲੇ ਤੂੰ ਕੌਣ ਹੈ ਤੂੰ ਕੌਣ ਹੈ ਫਿਰ ਦਰਵਾਜ਼ਾ ਖੜਕਿਆ ਫਿਰ ਆਵਾਜ਼ ਆਈ ਕਿ ਮੈਂ ਪੁੱਛ ਰਿਹਾ ਤੂੰ ਕੌਣ ਹੈ ਮੇਰੇ ਤੇ ਕੋਈ ਮੱਥੇ ਲਾ ਕੇ ਰਾਜ਼ੀ ਨਹੀਂ ਕਹਿੰਦੇ ਜਿਹਦੇ ਮੱਥੇ ਮੈਂ ਲੱਗ ਜਾਣਾ ਉਹਨੂੰ ਰੋਟੀ ਨਹੀਂ ਮਿਲਦੀ ਉਹਦੇ ਕਾਰਜ ਵਿਗੜ ਜਾਂਦੇ ਪਰ ਬਾਰ ਬਾਰ ਦਰਵਾਜ਼ਾ ਖੜਕਾਉਣ ਵਾਲਿਆਂ ਇੱਕ ਵਾਰੀ ਦੱਸ ਦੇ ਤੂੰ ਹੈ ਕੌਣ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਉਸ ਮਾਲਕ ਦਾ ਬੰਦਾ ਲਾ ਲਓ ਦਰਵਾਜ਼ਾ ਦਰਵਾਜ਼ਾ ਕਹਿੰਦੇ ਉੱਨੀ ਦੇਰ ਗੁਰੂ ਨਾਨਕ ਸਾਹਿਬ ਜਦ ਤੱਕ ਦੋ ਤਿੰਨ ਮਿੰਟ ਲਾ ਦੇ ਤੇ ਬੈਠ ਗਏ ਰੋੜੀ ਸੀ ਕਿੱਲਰੀ ਹੋਈ ਬੱਜਰੀ ਰੋੜੀ ਜਿੱਥੇ ਅੱਜ ਗੁਰਦੁਆਰਾ ਰੋੜੀ ਸਾਹਿਬ ਦਰਵਾਜ਼ਾ ਖੋਲਿਆ ਪੈਰੀ ਪੈ ਗਿਆ ਸਤਿਗੁਰੂ ਜੀ ਤੁਸੀਂ ਕਹਿੰਦੇ ਲਾ ਲਓ ਐਵੇਂ ਸਾਰੀ ਉਮਰ ਲੱਕੜ ਦੇ ਕਿੱਲੇ ਹੀ ਘਟੀ ਜਾਣਾ ਹੈ ਆ ਅੱਜ ਮੈਂ ਤੇਰੇ ਮਨ ਦਾ ਕਿੱਲਾ ਘੜਨ ਵਾਸਤੇ ਆਇਆ ਬੋਲੋ ਤੇਰੇ ਮਨ ਦਾ ਕਿੱਲਾ ਘੜ ਉਸ ਮਾਲਕ ਦਾ ਗੁਰ ਸ਼ਬਦ ਮੈਂ ਤੇਰੇ ਹਿਰਦੇ ਚ ਵਸਾਉਣ ਆਇਆ ਲਾ ਲਓ ਕਿਉਂਕਿ ਤੇਰੇ ਤੋਂ ਵੱਧ ਸੱਚਾ ਸੁੱਚਾ ਬੰਦਾ ਮੈਨੂੰ ਨਜ਼ਰ ਨਹੀਂ ਆਇਆ ਸ਼ਾਇਦ ਇਸੇ ਕਰਕੇ ਹੀ ਸੱਤ ਸ਼ਬਦ ਗੁਰੂ ਨਾਨਕ ਸਾਹਿਬ ਨੇ ਲਾਲੋ ਦੇ ਨਾਲ ਹੀ ਸੰਬੋਧਨ ਕਰਕੇ ਜੈਸੀ ਮੈਂ ਆਵੇ ਮੈਂ ਤੇਰੇ ਮਨ ਦਾ ਕਿੱਲਾ ਸਤਸੰਗਤ ਹੋਣ ਲੱਗ ਪਈ ਲਾਲੋ ਇੰਨਾ ਪ੍ਰਭਾਵਿਤ ਹੋ ਗਿਆ ਨੇਤਰ ਬੰਦ ਹੋ ਜਾਣ ਮਨ ਚ ਵਿਰਾਗ ਆਉਣ ਲੱਗ ਪੈਣ ਤੇ ਜਦੋਂ ਗੁਰੂ ਨਾਨਕ ਸਾਹਿਬ ਬੋਲਣਾ ਹਟ ਜਾਣ ਤੇ ਉੱਚੀ ਉੱਚੀ ਰੋ ਕੇ ਆਖੇ ਧੰਨ ਸਾਹਿਬ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਕਿਰਪਾ ਕਰੋ ਚੁੱਪ ਨਾ ਹੋ ਕਿਉਂਕਿ ਤੁਹਾਡੇ ਬੋਲਾਂ ਚ ਤਾਕਤ ਬਹੁਤ ਹੈ ਮੈਨੂੰ ਸਿੱਖਿਆ ਦੇਈ ਚੱਲੋ ਮੈਨੂੰ ਸੁਣਾਈ ਚੱਲੋ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਲਾਲੋ ਇਹੀ ਤੇ ਜੋ ਤੈਨੂੰ ਵਹਿਮ ਹੈ ਕਿ ਨਾਨਕ ਬੋਲਦਾ ਹੈ ਨਾਨਕ ਨਹੀਂ ਬੋਲਦਾ ਜੈਸੀ ਮੈਂ ਆਵੈ ਖ
खसम की बाणी, बोलो सारे, जैसी मैं आवे खसम की बाणी तैसड़ा करी गया। मैनू तो जिवें मेरा मालिक हुक्म देंदा है लालो मैं तो उवें बोलदा, मैं अपने कोलो नहीं के बोल सकदा कुछ। कई कहते मैं इन्ना सोहना प्रचार किया, मैं शब्द पढ़िया लोकी आशा शकार उठे, मैं आओ किया मैं आओ किया, वो तो भूल ही गया कि असी तो सिर्फ डब्बे आ स्पीकर के डब्बे, अंदर बोलने वाला तो कोई होर है, बोलो वाहे, अंदर सुनने वाला भी कोई होर है, कोई तुसी तो थोड़ी सुन रहे, सुनने वाला भी होर बोलने वाला सब कुछ आपे आ। लालो अज मैं सुना लोकी आउंदे कोई कोठियां कारा मंगदे, कोई कुछ मंगदा, कोई दुध मंगदा, कोई पुत मंगदा है, ते गुरु नानक साहब कहिंदे लालो मेरा भी अज दिल करदा तेरियां झोलियां भरदा, मंग की मंगना ही करतार दे घर चो ओही कुछ मिलेगा। बोलो लालो ने उठ खड़िया रोंदा रोंदा नेत्रां च जल, उठ खड़िया झोली अड ली, गुरु नानक साहब कहते लालो बेफिक्र होके मंग ला जो मंगना ही, तेन वादा किया दवांगे। ते लालो कहता बाबा फिर दे देगा, ये ना हो मैं मंगा ते तू मुकर जावे, वो कहता नहीं लालो मंग की मंगना, कहता पहली गल ते लालो कहता गुरु नानक साहब जी दे घर तू आ गया होर की मंगे, बोलो जिदे घर तुसी आ गए की और मंगे, विन तुद होर जे मंगना, आओ रल के बोलिए विन तुद होर होर जे मंगना शेर। असी कुछ सुख थोड़ी मंगे, अज पुत्र मंग लिया कल उम्र पूरी होनी तो जाना ही है ना, बोलो भाई वो दुखी है ना, सुख थोड़ी है, दियो नाम संतोखिया हे बख्शिशा करने वाले, जे तू सानू चाहना असी भी संतोखी बन जाइए तेरे वांगू, साढ़े अंदर टिकाओ पैदा कर दे कि रात दिने हर श्वास दे नाल जे साड़ी आवाज बाहर निकले ते इको ही आवाज निकले वाह गुरु वाह गुरु वाह गुरु वाह गुरु वाह गुरु, जुड़ जाओ सारे अंदरों, जुड़ जाओ अंदरों, वाहगुरु 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 वाहगुरु। टाइम मेरा हो गया जी, जल्दी जल्दी करो कृपा, जुड़ जाओ वाहगुरु 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 खाना चले जावे खाना जावे, रज जो रज रज भोजन खाओ मेरे भाई, रज जो वाहगुरु वाहगुरु नहीं जुड़े आज मन करो कृपा, जुड़ो जरा जुड़ जाओ सारे, पता नहीं अगला श्वास आना कि नहीं आना, जुड़ जाओ वाहगुरु वाहगुरु वाहेगुरु 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 वाहेगुरु। सवाल किया
ਸਤਿਗੁਰ ਜੀ ਅਸੀਂ ਸੋਚ ਵੀ ਛੱਡੀ, ਕਰਮ ਕਾਂਡ ਵੀ ਛੱਡੇ, ਅਸੀਂ ਜ਼ਬਾਨ ਨੂੰ ਬੰਦ ਕਰਨਾ ਵੀ, ਜੇ ਬੋਲਾਂਗੇ ਤੇਰੀ ਬਾਣੀ ਬੋਲਾਂਗੇ, ਦਿਖਾਵਾ ਨਹੀਂ ਕਰਾਂਗੇ ਕਿ ਇਹ ਮੋਣੀ ਸੰਤਾਂ ਬੋਲਦੇ ਨਹੀਂ, ਬੋਲੋ ਆਏ, ਦਿਖਾਵਾ ਨਹੀਂ ਕਰਾਂਗੇ। ਸਤਿਗੁਰੂ ਕਿਸੇ ਦਾ ਪਰਾਇਆ ਹੱਕ ਵੀ ਨਹੀਂ ਖਾਵਾਂਗੇ। ਸਤਿਗੁਰੂ ਅੱਜ ਤੋਂ ਬਾਅਦ ਤੇਰੇ ਚਰਨਾਂ 'ਚ ਆਪਣੀ ਸਿਆਲਪ ਵੀ ਛੱਡ ਕੇ ਜਾਵਾਂਗੇ। ਮੇਰਾ ਮੁਜਮੇ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌ। ਗੁਰੂ ਦੀ ਚੀਜ਼ ਹੀ ਗੁਰੂ ਨੂੰ ਦੇਣੀ ਹੈ ਤੇ ਫਿਰ ਸ਼ਰਮ ਕਾਹਦੀ ਹੈ। ਤੇਰਾ ਤੁਝ ਕੋ ਕਿਆ ਕਿਆ ਲਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਮੇਰੇ ਪੁੱਤਰ ਆਹ ਇੱਕ ਕੰਮ ਕਰਨੀ, ਬਾਕੀ ਕੰਮ ਛੱਡ ਦੀ। ਕਿਹੜੇ ਹੁਕਮ ਰਜਾਈ ਚੱਲਣਾ, ਹੁਕਮ ਰਜਾਈ ਚੱਲਣਾ, ਤੁਹਾਡੀਆਂ ਸਾਰੀਆਂ ਗੱਲਾਂ ਮੰਨ ਲਈਆਂ। ਹੁਣ ਸਾਨੂੰ ਦੱਸੋ ਵੀ ਜਦੋਂ ਤੁਹਾਡੇ ਚਰਨਾਂ 'ਚ ਆਇਆ ਕਰੀਏ ਤੇ ਫਿਰ ਭਲਾ ਭੇਟਾ ਕਿਹੜੀ ਲੈ ਕੇ ਆਇਆ ਕਰੀਏ, ਬੋਲੋ। ਖਾਲੀ ਹੱਥ ਤੇ ਚੰਗੇ ਨਹੀਂ ਨਾ, ਜਦੋਂ ਆਈਏ ਭੇਟਾ ਕੀ ਲੈ ਕੇ ਆਇਆ ਕਰੀਏ। ਸਤਿਗੁਰੂ ਬੋਲੇ, ਗੁਰੂ ਨਾਨਕ ਸਾਹਿਬ ਤੁਸੀਂ ਵੀ ਭੇਟਾ ਯਾਦ ਕਰਿਓ, ਉਹੀ ਲੈ ਕੇ ਆਉਣੀ। ਭੇਟਾ ਲੈ ਕੇ ਆਇਆ ਕਰੋਗੇ, ਮੇਰੇ ਬੱਚਿਓ ਮੇਰੇ ਬੱਚਿਓ, ਦਰਸ਼ਨ ਕਰਕੇ ਜਾਇਆ ਕਰੋਗੇ, ਬੋਲੋ ਵਾਹਿਗੁਰੂ। ਤੇ ਸਤਿਗੁਰੂ ਭੇਟਾ ਤਾਂ ਲੈ ਆਉਂਦੀ ਕਿ ਤੇਰੇ ਦਰਸ਼ਨਾਂ ਨੂੰ ਆਏ ਆ, ਤੇ ਸੰਗਤ ਵਿੱਚ ਬੈਠ ਕੇ ਕੀ ਕਰਿਆ ਕਰੀਏ? ਸੰਗਤ 'ਚ ਬੈਠ ਕੇ ਸਤਿਗੁਰ ਬੋਲੇ, ਵਾਹਿਗੁਰੂ। ਜਿਤ ਸੁਣ ਭਰੇ ਪਿਆਰ, ਵਾਹਿਗੁਰੂ। ਜਿਤ ਸੁਣ ਭਰੇ ਪਿਆਰ, ਜਿਤ ਸੁਣ ਭਰੇ ਪਿਆਰ, ਵਾਹਿਗੁਰੂ। ਜਿਤ ਸੁਣ ਕੇ ਸਤਿਗੁਰ ਸਾਡੇ ਨਾਲ ਪਿਆਰ ਕਰਨ, ਸਾਡੇ ਬੋਲ ਐਡੇ ਮਿੱਠੇ ਹੋ ਜਾਣ। ਇਹ ਦਸਰਾ ਤਾਂ ਹੀ ਪੰਜ ਦਸ ਮਿੰਟ ਵੱਧ ਲਾ ਰਿਹਾ ਕਿ ਹੁਕਮ ਹੋਇਆ ਸੀ, ਪਤਾ ਨਹੀਂ ਦਸ ਪੰਦਰਾਂ ਮਿੰਟ ਪਿੱਛੋਂ ਆਇਆ ਇਸ ਘਰ 'ਚ। ਇੱਕ ਗੱਲ ਮੇਰੇ ਬੱਚਿਓ ਮੇਰੇ ਵੀਰੋ ਯਾਦ ਰੱਖਿਓ, ਤੁਸੀਂ ਤਾਂ ਪੜ੍ਹੇ ਲਿਖੇ, ਮੈਂ ਤਾਂ ਅਨਪੜ੍ਹ ਬੰਦਾ। ਬੋਲਾਂ ਨਾਲ ਹੀ ਸਾਡੇ ਰਿਸ਼ਤੇ ਬਣ ਜਾਂਦੇ ਅਤੇ ਬੋਲਾਂ ਦੇ ਨਾਲ ਹੀ ਟੁੱਟ ਜਾਂਦੇ। ਬੋਲੋ ਗੰਢ ਪ੍ਰੀਤੀ ਮਿੱਠੇ ਬੋਲ ਗੁਰਬਾਣੀ। ਜੇ ਸਾਡੇ ਬੋਲ ਮਿੱਠੇ ਹਨ, ਦੁਸ਼ਮਣ ਵੀ ਸਾਡਾ ਦੋਸਤ ਬਣ ਜਾਏ।
ਤੇ ਜੇ ਬੋਲ ਕੌੜੇ ਹਨ ਤੇ ਆਪਣੇ ਵੀ ਘਰ ਦੇ ਵੀ ਦੁਸ਼ਮਣ ਬਣਦੇ ਨੇ। ਕਹਿੰਦੇ ਛੱਡ ਪਰ ਇਹਦੇ ਨਾਲ ਮੱਥਾ ਕਿਉਂ ਕਮਲਾ ਇੱਥੇ ਸਤਿਗੁਰੂ ਵੀ ਕਹਿੰਦੇ ਵੀ ਸਿੱਖਾ ਜਦੋਂ ਤੂੰ ਮੇਰੇ ਕੋਲ ਆਏਗਾ ਤੇਰੇ ਬੋਲ ਮਿੱਠੇ ਹੋਣਗੇ ਤੇ ਮੈਂ ਤੈਨੂੰ ਗਲਵੱਕੜੀ ਚ ਲੈ ਲਵਾਂਗਾ ਗਲਵੱਕੜੀ ਚ। ਪਰ ਸਤਿਗੁਰੂ ਤੁਸੀਂ ਗਲਵੱਕੜੀ ਕਿੰਨੇ ਵਜੇ ਪਾਉਂਦੇ ਜੇ ਸਾਨੂੰ ਟਾਈਮ ਦੱਸੋ ਅਸੀਂ ਆਇਆ ਹੀ ਉਦੋਂ ਕਰੀਏ। ਯਾਰ ਦੇਖੋ ਗੁਰੂ ਨਾਨਕ ਸਾਹਿਬ ਦੱਸ ਰਹੇ ਅੰਮ੍ਰਿਤ ਵੇਲਾ ਸੱਚ ਨਾਉ ਬੋਲੋ ਸਾਰੇ ਅੰਮ੍ਰਿਤ ਵੇਲਾ ਸੱਚ ਬੋਲੋ ਮੇਰੇ ਬੱਚਿਓ ਬੋਲੋ ਬੋਲੋ ਨਾ ਬਿਜ਼ਨਸ ਦਾ ਫਰਕ ਨਾ ਬਿਜ਼ਨਸ ਦੀ ਚਿੰਤਾ ਨਾ ਪੜ੍ਹਾਈ ਦੀ ਚਿੰਤਾ ਨਾ ਨੌਕਰੀ ਦੀ ਚਿੰਤਾ ਨਾ ਰੋਟੀ ਖਾਣ ਦੀ ਚਿੰਤਾ ਉਸ ਟਾਈਮ 'ਤੇ ਭਾਵ ਕੋਈ ਵੀ ਚਿੰਤਾ ਨਹੀਂ। ਤਾਂ ਹੀ ਕਹਿੰਦੇ ਅੰਮ੍ਰਿਤ ਵੇਲੇ ਜਿਹੜਾ ਮਨ ਹੈ ਨਾ ਉਹ ਪਰਮਾਤਮਾ ਦੇ ਬੜੇ ਨੇੜੇ ਹੁੰਦਾ। ਬੋਲੋ ਵਾਹਿਗੁਰੂ ਜਦੋਂ ਇਸ਼ਨਾਨ ਕਰਦੇ ਨਾ ਕਰਕੇ ਚੌਂਕੜਾ ਲਾਉਂਦੇ ਹਾਂ ਅਤੇ ਹੱਥ ਵਿੱਚ ਪੰਜਾਂ ਬਾਣੀਆਂ ਦਾ ਗੁਟਕਾ ਜਾਂ ਸਿਮਰਨ 'ਤੇ ਬੈਠਦੇ ਹਾਂ ਅਤੇ ਸਾਡਾ ਜਿਹੜਾ ਮਨ ਹੈ ਨਾ ਉਹ ਸਾਡੀ ਆਤਮਾ ਦੇ ਬੜੇ ਨੇੜੇ ਹੁੰਦਾ। ਆਤਮਾ ਤਮਾ ਤੋਂ ਰਹਿਤ ਤੇ ਜਦੋਂ ਤਮਾ ਤੋਂ ਰਹਿਤ ਆਤਮਾ ਹੋ ਗਈ ਉਹੀ ਆਤਮਾ ਪਰਮਾਤਮਾ ਬਣ ਗਈ। ਬੋਲੋ ਇਹਦਾ ਭਾਵ ਅੰਮ੍ਰਿਤ ਵੇਲੇ ਜਿਹਨਾਂ ਦੇ ਗੁਰੂ ਬਖਸ਼ਿਸ਼ ਕਰਦਾ ਨਾ ਉਹ ਮੇਰੇ ਗੁਰੂ ਨਾਨਕ ਨੂੰ ਗਲਵੱਕੜੀ ਪਾ ਕੇ ਜਾਂਦੇ। ਅੱਜ ਤੋਂ ਪ੍ਰਣ ਕਰੀਏ ਅੰਮ੍ਰਿਤ ਵੇਲੇ ਆਇਆ ਕਰੀਏ। ਤੈਨੂੰ ਤਾਂ ਭਾਈ ਸਾਹਿਬ ਵਿਚਾਰੇ ਇਕੱਲੇ ਹੀ ਚੌਰ ਕਰੀ ਜਾਂਦੇ ਇਕੱਲੇ ਹੀ ਹੁਕਮਨਾਮਾ ਲਈ ਜਾਂਦੇ ਅੰਮ੍ਰਿਤ ਵੇਲੇ ਬੰਦਾ ਹੀ ਕੋਈ ਨਹੀਂ ਆਉਂਦਾ। ਜਦੋਂ ਸੰਗਤ ਸਾਰੀ ਆ ਜਾਂਦੀ ਲਾਈਵ ਪ੍ਰੋਗਰਾਮ ਚੱਲਦਾ ਫਿਰ ਝਾੜੂ ਮਾਰਨ ਵਾਲੇ ਵੀ ਬਹੁਤ ਆ ਜਾਂਦੇ। ਬੋਲੋ ਵਾਹੀ ਕਿਉਂਕਿ ਲਾਈਵ ਪ੍ਰੋਗਰਾਮ ਚੱਲ ਪਿਆ ਨਹੀਂ। ਜਦੋਂ ਗੁਰੂ ਨਾਨਕ ਸਾਹਿਬ ਦਾ ਲਾਈਵ ਪ੍ਰੋਗਰਾਮ ਚੱਲੇ ਉਦੋਂ ਝਾੜੂ ਲਾ ਕੇ ਜਾਇਆ ਕਰੋ ਸਵੇਰੇ ਅੰਮ੍ਰਿਤ। ਬੋਲੋ ਮੈਂ ਸਮਾਪਤੀ ਕਰਾਂ ਅੰਮ੍ਰਿਤ ਵੇਲਾ ਸੱਚ ਨਾਉ ਬੋਲੋ ਅੰਮ੍ਰਿਤ ਜਨਮ ਮਿਲ ਜਾਏਗਾ। ਇੱਕ ਬੰਦਾ ਬਹੁਤ ਚੰਗਾ ਸ਼ਰੀਫ ਹੈ ਪਰ ਜੇ ਗੁਰੂ ਦੀ ਨਜ਼ਰ ਲੈਣ ਵਾਸਤੇ ਆ ਗਏ ਤੇ ਫਿਰ ਜੰਮਣਾ ਮਰਨਾ ਖਤਮ ਤੇ ਮੋਹਰ ਲੱਗ ਗਈ ਗੁਰੂ ਨਾਨਕ ਸਾਹਿਬ ਦੀ। ਕੀ ਕਹਿੰਦੇ ਗੁਰੂ ਨਾਨਕ ਸਾਹਿਬ ਆ ਮੋਹਰ ਦਾ ਖਿਆਲ ਰੱਖਿਓ ਮੋਹਰ ਤੋਂ ਬਿਨਾਂ ਕਾਗਜ਼ ਦੀ ਕੋਈ ਕੀਮਤ ਨਹੀਂ। ਨਾਨਕ ਜਾਣੀਏ ਜਾਣੀਏ ਬੋਲੋ ਨਾਨਕ ਸੁਣ ਕੇ ਆਇਆ ਮੈਂ ਸੋਭਾ ਸੁਣ ਕੇ
ਵਾਹਿਗੁਰੂ 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 ਵਾਹਿਗੁਰੂ